पंजाब की कांग्रेस सरकार कुछ करन दे मूड दे विच है। कैबिनेट विस्तार तो पहला नवे बने पंजाब दे मुख्यमंत्री चरणजीत सिंह चन्नी अते डिप्टी मुख्यमंत्री सुखजिंदर सिंह रंधावा ने रामा मंडी दे नेड़ले पिंड कोटप खतू विखे नसीबपुरा रोड ते खेतां विच गुलाबी सुंडी दे हमले दे नाल खराब होए नरमे दी फसल दा जायजा लैण दे लई उत्थे पहुंचे। इस मौके उन्हां ने खेतां दे विच जा के गुलाबी सुंडी नाल होए खराब नरमे दे टींडियां नूं देखिया अते पीड़त किसानां तों खराब होए नरमे बारे गलबात कीती। मुख्यमंत्री चरणजीत सिंह चन्नी दे वल्लों एक प्रेस कॉन्फ्रेंस भी की गई। खराब होए नरमे की गिरदावरी करन दे हुकम दिते गए। उन्हां कहा कि पंजाब सरकार किसानां दे नाल खड़ी है अते हमेशा उन्हां दे नाल मोढे नाल मोढा जोड़ के खड़ी रहेगी। मुख्यमंत्री ने किसानां नूं भरोसा दिंदा कहा कि नरमा पीड़ित किसानां नूं सरकार दे वल्लों बनदा योग मुआवजा भी दिता जाएगा। गिरदावरी असि ऑलरेडी ऑर्डर कर चुके हैं। हर किसान दे नाल सरकार खड़ेगी, ओदे मोढे दे हाथ रख के ओदे नाल पूरा जो भी इहदे विच नुकसान होया ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਦੇ ਮਾਪਦੰਡ ਹੈਗੇ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ। ਇਸ ਤੋਂ ਇਲਾਵਾ ਅਸੀਂ ਆਉਣ ਵਾਲੀ ਕਣਕ ਦੇ ਵਿੱਚ ਵੀ ਜਿਹੜੀ ਇਹਨਾਂ ਨੂੰ ਬੀਜ ਦੇਣਾ ਉਹਦੇ ਵਿੱਚ ਵੀ ਸਬਸਿਡੀ ਦੇ ਕੇ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕਰਨੀ ਹੈ ਅਤੇ ਮੁਆਵਜ਼ੇ ਦੀ ਅਸੀਂ ਅਸੈਸਮੈਂਟ ਕਰਨ ਲਈ ਕਹਿਤਾ। ਅਗਲੀ ਗੱਲ ਇਹ ਹੈ ਕਿ ਸਪਰੇਅ ਅਸੀਂ ਇੱਕ ਤਾਂ ਇਹ ਹੈ ਕਿ ਹੁਣ ਇਹਦਾ ਤੁਰੰਤ ਜਿੰਨਾ ਕੁ ਇਲਾਜ ਕਰ ਸਕਦੇ ਉਹ ਕਰਨ ਜਾ ਰਹੇ ਹਾਂ। ਸਪਰੇਅ ਅਸੀਂ ਫ੍ਰੀ ਆਫ ਕੋਸਟ ਕਿਸੇ ਜ਼ਿਮੀਦਾਰ ਤੋਂ ਫਿਰ ਸਪਰੇਅ ਦੇ ਪੈਸੇ ਨਹੀਂ ਲੈਣੇ, ਤੁਰੰਤ ਭੇਜ ਰਹੇ ਹਾਂ। ਅੱਜ 5000 ਹੈਕਟਰ ਦੀ ਆ ਚੁੱਕੀ ਹੈ ਅਤੇ ਜਿੰਨੀ ਵੀ ਫਸਲ ਖਰਾਬ ਹੋ ਰਹੀ ਹੈ ਉਹਦੇ ਸਾਰੀ 'ਤੇ ਸਪਰੇਅ ਵਾਰ ਵਾਰ ਜਿਵੇਂ ਕਿ ਅਸੀਂ ਸਾਇੰਟਿਸਟ ਬੁਲਾ ਲਏ ਐਗਰੀਕਲਚਰ ਤੋਂ ਯੂਨੀਵਰਸਿਟੀ ਤੋਂ ਹਰ ਤਰ੍ਹਾਂ ਦੇ ਨਾਲ ਸਰਕਾਰ ਸੰਜੀਦਾ ਹੈ ਅਤੇ ਇਸ ਚੀਜ਼ ਨੂੰ ਹੈਂਡਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦੀ ਹਾਂ ਸਾਡੇ ਨਵਨਿਯੁਕਤ ਚੀਫ ਮਿਨਿਸਟਰ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਕਿ ਉਹ ਅੱਜ ਸਾਡੇ ਹਲਕੇ ਵਿੱਚ ਤਲਵੰਡੀ ਸਾਬੋ ਵਿੱਚ ਆਏ ਔਰ ਮੈਂ ਬੇਨਤੀ ਕੀਤੀ ਸੀ ਕਿ ਸਾਡੇ ਇਲਾਕੇ ਵਿੱਚ ਨਰਮੇ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ। ਜਿਹੜੀ ਗੁਲਾਬੀ ਸੁੰਡੀ ਹੈ ਟਿੰਡਿਆਂ ਦੇ ਵਿੱਚ ਜਿਹੜੀ ਪੈਦਾ ਹੋ ਗਈ ਹੈ ਉਹਦੇ ਨਾਲ ਨਰਮੇ ਦੀ ਜਿਹੜੀ ਉਪਜਾਊ ਸੀ ਉਹ ਬਿਲਕੁਲ ਖਤਮ ਹੋ ਗਿਆ ਅਤੇ ਪੈਦਾਵਾਰ ਘਟਣ ਦਾ ਡਰ ਪੈਦਾ ਹੋਇਆ ਕਿਸਾਨਾਂ ਨੂੰ। ਇਸ ਕਰਕੇ ਤੁਰੰਤ CM ਸਾਹਿਬ ਨੇ ਸਾਡੀ ਬੇਨਤੀ 'ਤੇ ਅੱਜ ਆਉਣ ਦਾ ਫੈਸਲਾ ਕੀਤਾ, ਨਾਲ ਡਿਪਟੀ CM ਸਾਹਿਬ ਸੁਖਜਿੰਦਰ ਰੰਧਾਵਾ ਜੀ ਵੀ ਆਏ ਨੇ ਤਾਂ ਕਿ ਵੈਸੇ ਤਾਂ ਗਿਰਦਾਵਰੀ CM ਸਾਹਿਬ ਨੇ ਅਸੀਂ ਬੇਨਤੀ ਕੀਤੀ ਸੀ 3 ਦਿਨ ਪਹਿਲਾਂ ਜਾ ਕੇ, ਨਾਲ ਦੀ ਨਾਲ ਹੀ ਗਿਰਦਾਵਰੀ ਔਡਰ ਕਰਤੀ ਸੀ। ਗਿਰਦਾਵਰੀਆਂ ਹੋਈ ਵੀ ਜਾਂਦੀਆਂ ਜਿਹਦਾ ਜਿੰਨਾ ਨੁਕਸਾਨ ਹੈ, ਪਰ CM ਸਾਹਿਬ ਚਾਹੁੰਦੇ ਸੀ ਕਿ ਇੱਕ ਵਾਰੀ ਮੈਂ ਆਪ ਜਾ ਕੇ ਇਸ ਇਲਾਕੇ 'ਚ ਦੇਖ ਕੇ ਆਵਾਂ ਕਿੰਨਾ ਕੁ ਨੁਕਸਾਨ ਹੈ। ਇਸ ਤੋਂ ਪਹਿਲਾਂ ਵੀ ਬਠਿੰਡਾ ਦਿਹਾਤੀ ਦੇ ਇੱਕ ਪਿੰਡ 'ਚ ਜਾ ਕੇ ਆਇਆ, ਦੂਜਾ ਪ੍ਰੋਗਰਾਮ ਆਪਣਾ ਸੀ ਔਰ ਸਿਰਫ ਇਹ 2 ਪਿੰਡਾਂ ਦਾ ਹੀ ਰੱਖਿਆ ਸੀ ਜਿੱਥੇ ਜ਼ਿਆਦਾ ਨੁਕਸਾਨ ਹੈ, ਕਿਉਂਕਿ ਜ਼ਿਆਦਾ ਨੁਕਸਾਨ ਆਪਣੇ ਤਲਵੰਡੀ ਸਾਬੋ ਹਲਕੇ 'ਚ ਹੀ ਹੈ ਅਤੇ ਜਾਂ ਬਠਿੰਡਾ ਦਿਹਾਤੀ 'ਚ। ਕੱਲ੍ਹ ਵੀ ਪ੍ਰੋਗਰਾਮ ਬਣਿਆ, ਅੱਜ ਵੀ, ਹੁਣ ਸ਼ਾਮ ਨੂੰ ਤੁਹਾਨੂੰ ਪਤਾ ਵੀ ਸਹੁੰ ਚੁੱਕਣੀਆਂ ਮੰਤਰੀਆਂ ਨੇ, ਪਰ ਫਿਰ ਵੀ ਅੱਜ ਉਹਨਾਂ ਨੇ ਕਹਿ ਕੇ ਵੀ ਮੈਂ ਚੱਲ ਯਾਰ ਤੁਸੀਂ 2 ਦਿਨ ਦੇ ਕਹਿ ਰਹੇ ਹੋ ਆ ਹੀ ਗਏ, ਹਾਲਾਂਕਿ ਖਿੱਚ ਨਾਲ ਆਏ, ਪਰ ਉਹਨਾਂ ਦਾ ਮਕਸਦ ਇਹ ਸੀ ਕਿ ਜਿਹੜਾ ਨੁਕਸਾਨ ਹੋਇਆ ਮੈਂ ਉਹਨੂੰ ਜ਼ਰੂਰ ਦੇਖ ਕੇ ਆਵਾਂ ਤਾਂ ਕਿ ਕਿਸਾਨਾਂ ਨੂੰ ਇਹ ਲੱਗੇ ਕਿ ਸਰਕਾਰ ਕਿਸਾਨਾਂ ਦੇ ਹਰ ਹਾਲ 'ਚ ਨਾਲ ਖੜੀ ਹੈ। ਔਰ ਤੁਸੀਂ ਸਮਝਦੇ ਹੋ ਕਿ ਨਵੇਂ ਮੰਤਰੀਆਂ ਦੀ ਜਿਵੇਂ ਚੋਣ ਹੋ ਰਹੀ ਹੈ ਔਰ ਇੰਨਾ ਉੱਪਰ ਸਰਕਾਰ ਦਾ ਜਿਹੜਾ ਤਾਮਝਾਮ ਉਲਝਿਆ ਹੋਇਆ ਉਹਦੇ ਵਿੱਚੋਂ ਵੀ ਟਾਈਮ ਕੱਢ ਕੇ CM ਸਾਹਿਬ ਅੱਜ ਪਹੁੰਚੇ ਨੇ, ਅਸੀਂ CM ਸਾਹਿਬ ਦੇ ਧੰਨਵਾਦੀ ਹਾਂ। ਔਰ ਇਹਨਾਂ ਨੇ CM ਸਾਹਿਬ ਨੇ ਸਾਨੂੰ ਇੰਸ਼ੋਰੈਂਸ ਦਿੱਤੀ ਹੈ ਕਿ ਜਿਸ ਕਿਸੇ ਕਿਸਾਨ ਦਾ, ਕਿਸੇ ਵੀ ਕਿਸਾਨ ਦਾ ਜਿੰਨਾ ਵੀ ਨਰਮੇ ਦਾ ਨੁਕਸਾਨ ਹੋਇਆ ਉਹ ਬਿਲਕੁਲ ਉਹਦੀ ਭਰਪਾਈ ਕੀਤੀ ਜਾਊਗੀ ਔਰ ਜਿੰਨਾ ਨੁਕਸਾਨ ਹੈ ਉਹਦੀ ਗਿਰਦਾਵਰੀ ਕਰਾ ਕੇ। ਕੋਈ ਇੱਕ ਹੋਰ CM ਸਾਹਿਬ ਅੱਜ ਗੱਲ ਕਹਿ ਕੇ ਗਈ ਹੈ ਕਿ ਬਿਲਕੁਲ ਕਿਸਾਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਜਿਹੜਾ ਮੁਆਵਜ਼ਾ ਆਏਗਾ ਉਹ ਗਲਤ ਬੰਦਿਆਂ ਦੇ ਹੱਥੀਆਂ, ਜਿਵੇਂ ਪਿਛਲੀ ਵਾਰੀ ਕਈ ਵਾਰੀ ਹੋ ਜਾਂਦਾ ਝੋਨੇ ਵਾਲਿਆਂ ਕੋਲ ਚਲੇ ਗਿਆ ਜਾਂ ਜਿਹੜੇ ਠੇਕੇ ਵਾਲੇ ਸੀ ਵਿਚਾਰੇ ਉਹਨਾਂ ਦੀ ਸ਼ਿਕਾਇਤ ਸੀ, ਬਿਲਕੁਲ ਇਸ ਚੀਜ਼ ਨੂੰ ਚੈੱਕ ਕਰਕੇ ਅਫਸਰਾਂ ਨੂੰ CM ਸਾਹਿਬ ਨੇ DC ਸਾਹਿਬ ਨੂੰ ਆਗਾਹ ਕਰਤਾ ਕਿ ਤੁਸੀਂ ਵੇਖ ਕੇ ਬਹੁਤ ਵਧੀਆ ਢੰਗ ਤਰੀਕੇ ਨਾਲ ਨੰਬਰਦਾਰ ਸਰਪੰਚ ਨੂੰ ਨਾਲ ਲੈ ਕੇ ਪਿੰਡ 'ਚ ਜਿਹਦਾ ਨੁਕਸਾਨ ਹੋਇਆ ਉਸੇ ਕੋਲ ਹੀ ਮੁਆਵਜ਼ਾ ਪਹੁੰਚੇ ਔਰ ਬਹੁਤ ਜਲਦ, ਥੋੜ੍ਹੇ ਦਿਨਾਂ 'ਚ, 3 ਦਿਨ ਸ਼ਾਇਦ ਕਹਿ ਰਹੇ ਸੀ ਜਾਂ 4 ਦਿਨਾਂ 'ਚ ਜਿਹੜਾ ਇਹ ਗਿਰਦਾਵਰੀ ਹੈ ਇਹ ਕੰਪਲੀਟ ਹੋ ਜਾਣੀ ਹੈ, ਉਦੋਂ ਬਾਅਦ ਨਾਲ ਦੀ ਨਾਲ ਜਿਹੜਾ ਮੁਆਵਜ਼ਾ ਉਹ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ। ਔਰ ਮੈਂ ਇੱਕ ਵਾਰੀ ਫਿਰ
साढ़े बहुत ही सत्कारयोग सीएम पंजाब चरणजीत सिंह चन्नी साहब का धन्यवाद करता हूँ। नाल नाल साढ़े पंजाब के प्रधान श्री नवजोत सिंह सिद्धू साहब का भी धन्यवाद करता है और खास तौर पर उचेचे तौर पर अज पहुँचे सुखजिंदर सिंह रंधावा साहब डिप्टी सीएम साहब का, क्योंकि उन्होंने खुद कहा कि मैं जरूर मैं जाके देखना चाहना, क्योंकि इस इलाके डिप्टी सीएम साहब का रंधावा साहब का बड़ा प्यार है। सो वो भी अज पहुँचे ने, धन्यवाद। और उम्मीद करते हैं कि जल्द तो जल्द जिहड़ा किसानों का नुकसान होया वो किसानों तक पहुँच जाएगा। धन्यवाद जी। मुख्यमंत्री मिले से परसों चौथे राणा साहब ने जाके बेनती की थी भी सीएम साहब साढ़े हल्के का जोड़ा बहुत नुकसान होया, साढ़े हल्के का कि होर पासे भी होया, तो इस करके मुख्यमंत्री ने इसकी अपील मनद्या होया कि साढ़े हल्के का दौरा पहला जटाणा साहब टाइम दिता है। मैं धनवादी हाँ वह सीएम साहब का, जटाणा साहब का, जिन्होंने ये जिमीदारा की बांह फड़ी है, किसान मजदूर एकता की बांह फड़ के इन्हों माएवा दवाने की गल की है। मैं तो ये बहुत बहुत शुक्रिया करता हूँ। पहली बार हल्के पहुंचे हैं भाई, धन्यवाद करते हैं मुख्य साहब का। सानू बड़िया आसा इन्हों तो, क्योंकि पहली बार साढ़े हल्के आए हैं तो जिमीदारा के दुख की बांह फड़ी बहुत ज़्यादा नुकसान हो गया। जटाणा साहब की मेहनत सदका असं हल्के आने जी आए तो धन्यवाद ही करते हैं, तो सानू पूरा विश्वास है भी मुआवजा मिलेगा, तो सानू हर पक्षों जो पिछड़ा इलाका साडा हर मुखों पहल मिलेगी। रामा मंडी तो परमजीत सिंह लरी की रिपोर्ट, NC7 न्यूज़।